ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆਕਾਂਡ ਵਿੱਚ ਅੱਜ ਪੰਚਕੂਲਾ ਸਥਿਤ CBI ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਹਿਤ ਚਾਰ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ। ਇਸ ਮਾਮਲੇ ਵਿੱਚ ਜਿਹੜੀ ਸਜ਼ਾ ਸੁਣਾਈ ਜਾਣੀ ਹੈ ਉਹ 17 ਜਨਵਰੀ ਨੂੰ ਸੁਣਾਈ ਜਾਣੀ ਹੈ। ਜਿਹੜਾ ਡੇਰਾ ਪ੍ਰਮੁੱਖ ਹੈ ਉਹ ਆਲਰੇਡੀ ਸੁਨਾਰੀਆ ਜੇਲ੍ਹ ਵਿੱਚ ਬੰਦ ਨੇ, ਉਹ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ 20 ਸਾਲ ਦੀ ਸਜ਼ਾ ਭੁਗਤ ਰਹੇ ਨੇ। ਅੱਜ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਹੋਏ, ਜਦਕਿ 3 ਜਿਹੜੇ ਦੂਜੇ ਆਰੋਪੀ ਆ ਉਹ ਪਰਸਨਲੀ ਪੇਸ਼ ਹੋਏ। ਹੁਣ ਉਹ ਜਿਹੜੇ 3 ਆਰੋਪੀ ਆ ਜਿਹੜੇ ਜ਼ਮਾਨਤ 'ਤੇ ਸੀਗੇ ਉਹਨਾਂ ਦੀ ਜ਼ਮਾਨਤ ਕੈਂਸਲ ਹੋ ਗਈ ਆ, ਹੁਣ ਉਹ 3ੋਂ ਜੇਲ੍ਹ 'ਚ ਜਾਣਗੇ। ਮੈਂ ਉਹ ਦਿਖਾਉਣਾ ਚਾਹੁੰਦਾ, ਗੱਡੀਆਂ ਲੱਗੀਆਂ ਨਾ, ਜਿਹੜੀਆਂ ਇਹ ਗੱਡੀਆਂ ਉਹਨਾਂ ਲਈ ਲੱਗੀਆਂ। ਇਸ 'ਚ ਕ੍ਰਿਸ਼ਨ ਲਾਲ, ਨਿਰਮਰ ਔਰ ਕੁਲਦੀਪ, ਇਹ 3ਾਂ ਨੂੰ ਹੁਣ ਇਹ ਜਿਹੜੀ ਗੱਡੀ ਹੈ ਇਸ ਦੇ ਵਿੱਚ ਬਿਠਾ ਕੇ ਜੇਲ੍ਹ 'ਚ ਛੱਡਿਆ ਜਾਏਗਾ। ਸਜ਼ਾ ਦਾ ਜਿਹੜਾ ਐਲਾਨ ਹੈ ਉਹ 17 ਜਨਵਰੀ ਨੂੰ ਹੋਏਗਾ। ਇਸ ਮਾਮਲੇ 'ਚ 4ਾਂ ਨੂੰ ਦੋਸ਼ੀ ਕਰਾਰ ਦਿੱਤਾ। ਜਿਹੜਾ ਕ੍ਰਿਸ਼ਨ ਲਾਲ ਹੈ ਇਹ ਡੇਰਾ ਸੱਚਾ ਸੌਦਾ ਦਾ ਮੈਨੇਜਰ ਸੀਗਾ, ਜਦਕਿ ਨਿਰਮਲ ਅਤੇ ਕੁਲਦੀਪ ਨੇ ਜਿਹੜੀ ਹੈ ਇਹ ਮਰਡਰ ਕੀਤਾ ਸੀਗਾ। ਕੁਲਦੀਪ ਨੇ ਗੋਲੀ ਚਲਾਈ ਸੀ, ਨਿਰਮਲ ਉਸਦੇ ਨਾਲ ਸੀਗਾ। ਕ੍ਰਿਸ਼ਨ ਲਾਲ ਇਸ ਕਰਕੇ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ, ਜਿਹੜੀ ਉਹ ਰਿਵਾਲਵਰ ਯੂਜ਼ ਕੀਤੀ ਗਈ ਹੈ ਉਹ ਕ੍ਰਿਸ਼ਨ ਲਾਲ ਦੀ ਸੀਗੀ, ਔਰ ਉਸਦਾ ਜਿਹੜਾ ਲਾਇਸੈਂਸ ਆ ਉਹ ਵੀ ਕ੍ਰਿਸ਼ਨ ਲਾਲ ਦੇ ਨਾਮ ਸੀਗਾ। ਜਦਕਿ ਖੱਟਾ ਸਿੰਘ ਦੀ ਗਵਾਹੀ 'ਤੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਸਾਜ਼ਿਸ਼ ਰਚਨ ਦੇ ਆਰੋਪ ਵਿੱਚ ਦੋਸ਼ੀ ਕਰਾਰ ਦਿੱਤਾ। ਉਹਨਾਂ ਨੇ ਹੀ ਇਹ ਸਾਰੀ ਸਾਜ਼ਿਸ਼ ਰਚੀ, ਉਹਨਾਂ ਦੇ ਆਦੇਸ਼ 'ਤੇ ਹੀ ਇਹ ਗੋਲੀ ਚਲਾਈ ਗਈ, ਉਹਨਾਂ ਦੇ ਆਦੇਸ਼ 'ਤੇ ਹੀ ਪੱਤਰਕਾਰ ਛੱਤਰਪਤੀ ਦਾ ਮਰਡਰ ਕੀਤਾ ਗਿਆ। ਅੱਜ CBI ਅਦਾਲਤ ਨੇ ਇਹ 4ਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ, ਔਰ ਹੁਣ ਜਿਹੜੇ 3 ਹੋਰ ਸਾਥੀ ਨੇ ਡੇਰਾ ਪ੍ਰਮੁੱਖ ਦੇ ਉਹ 4ੋਂ ਜੇਲ੍ਹ 'ਚ ਜਾਣਗੇ, ਕਿਉਂਕਿ ਡੇਰਾ ਪ੍ਰਮੁੱਖ ਆਲਰੇਡੀ ਪਹਿਲੇ ਹੀ ਸੁਨਾਰੀਆ ਜੇਲ੍ਹ 'ਚ ਬੰਦ ਨੇ। ਇਹ 3ੋਂ ਆਰੋਪੀ ਵੀ ਹੁਣ ਜੇਲ੍ਹ 'ਚ ਜਾਣਗੇ ਅਤੇ 17 ਤਰੀਕ ਨੂੰ CBI ਜਿਹੜੀ ਹੈ ਇਹ 4ੋਂ ਆਰੋਪੀਆਂ ਨੂੰ ਕੋਰਟ 'ਚ ਪੇਸ਼ ਕਰੇਗੀ, ਔਰ ਉਸ ਦਿਨ ਸਜ਼ਾ ਦਾ ਐਲਾਨ ਹੋਏਗਾ। ਮੈਂ ਦਿਨੇਸ਼ ਕੋਲ, ਕੈਮਰਾਮੈਨ ਪ੍ਰਵੀਨ ਪਾਂਡੇ ਨਾਲ, ਦੈਨਿਕ ਸਵੇਰਾ TV ਲਈ, ਪੰਚਕੂਲਾ ਤੋਂ।